ਵੀ ਇਹਨਾਂ ਦੇ ਝੂਠੇ ਵਾਅਦਿਆਂ 'ਚ ਨਾ ਫਸਿਆ ਕਰੋ। ਪੁੱਛਿਓ ਵੀ ਯਾਰ ਤੁਸੀਂ ਇਹ ਕਿੱਥੋਂ ਲੈ ਕੇ ਆਉਂਗੇ, ਤੁਸੀਂ ਕਿਹੜਾ ਆਪਣਾ ਘਰ ਗਿਰਵੀ ਰੱਖਣਾ ਏ, ਤੁਸੀਂ ਇਹ ਸਾਨੂੰ ਟੈਕਸ ਦੇ ਨਾਂ 'ਤੇ, ਇਹ ਸਾਡਾ ਸਿਰ ਸਾਡੀ ਜੁੱਤੀਆਂ, ਇੰਨੇ ਬੈਨਰ ਪਾਉਂਦੇ ਨੇ, ਪੋਸਟਰ ਲਗਵਾਉਂਦੇ ਨੇ, ਲੱਖਾਂ ਰੁਪਈਆ ਖਰਾਬ ਕਰਦੇ ਨੇ, ਵੀ ਇਹਨਾਂ ਦੇ ਝੂਠੇ ਵਾਅਦਿਆਂ 'ਚ ਨਾ ਫਸਿਆ ਕਰੋ। ਪਰ ਅਸੀਂ ਹੁਣ ਮੈਂ ਇਹ ਦੱਸਣਾ ਚਾਹੁੰਦਾ ਏ ਵੀ ਯਾਰ ਅਸੀਂ ਕੁਛ ਕਰ ਸਕਦੇ ਹਾਂ, ਸਾਨੂੰ ਮੌਕਾ ਦਿਓ, ਸਾਨੂੰ ਇੱਕ ਮੌਕਾ ਦਿਓ, ਅਸੀਂ ਕੁਛ ਕਰਕੇ ਦਿਖਾਉਣਾ ਚਾਹੁੰਦੇ ਹਾਂ। ਦੇਖੋ ਇੱਕ ਗੱਲ ਯਾਦ ਰੱਖਿਓ, ਮੇਰੀ ਅਪੀਲ ਆ ਤੁਹਾਨੂੰ, ਬੇਨਤੀ ਆ ਹੱਥ ਜੋੜ ਕੇ, ਵੀ ਇਹਨਾਂ ਦੇ ਝੂਠੇ ਵਾਅਦਿਆਂ 'ਚ ਨਾ ਫਸਿਆ ਕਰੋ। ਇਹਨਾਂ ਲੋਕਾਂ ਨੇ ਸਾਨੂੰ ਕੁਛ ਦਿੱਤਾ ਹੀ ਨਹੀਂ, ਨਾ ਕੁਛ ਦੇਣਾ, ਜਦੋਂ ਇਹ ਸਾਨੂੰ ਵਾਅਦੇ ਕਰਦੇ ਨੇ ਵੀ ਤੁਹਾਨੂੰ ਸੜਕ ਬਣਾ ਕੇ ਦੇਵਾਂਗੇ, ਤੁਹਾਨੂੰ ਆਹ ਕਰਕੇ ਦੇਵਾਂਗੇ, ਤੁਹਾਨੂੰ ਆਟਾ ਦਾਲ ਦੇਵਾਂਗੇ, ਤੁਹਾਨੂੰ ਫੋਨ ਦੇਵਾਂਗੇ, ਤੁਹਾਨੂੰ ਲੈਪਟਾਪ ਦੇਵਾਂਗੇ, ਇਹਨਾਂ ਨੂੰ ਪੁੱਛਿਓ ਵੀ ਯਾਰ ਤੁਸੀਂ ਇਹ ਕਿੱਥੋਂ ਲੈ ਕੇ ਆਉਂਗੇ, ਤੁਸੀਂ ਕਿਹੜਾ ਆਪਣਾ ਘਰ ਗਿਰਵੀ ਰੱਖਣਾ ਏ, ਤੁਸੀਂ ਇਹ ਪੈਸਾ ਲੈ ਕੇ ਕਿੱਥੋਂ ਆਉਣਾ ਏ। ਅਤੇ ਫਿਰ ਜੇ ਅਸੀਂ ਇਹਨਾਂ ਤੋਂ ਜਦੋਂ ਇਹ ਵੋਟਾਂ 'ਚ ਜਿੱਤ ਜਾਂਦੇ ਨੇ ਨਾ, ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਨੌਕਰੀ ਦਿਓ ਜਾਂ ਸਾਡੇ ਲਈ ਵਧੀਆ ਐਜੂਕੇਸ਼ਨ ਬਣਾਓ ਜਾਂ ਸਾਡੇ ਲਈ ਸਿਹਤ ਸਿਸਟਮ ਵਧੀਆ ਕਰੋ, ਇਹ ਲੋਕ ਸਾਨੂੰ ਕਹਿੰਦੇ ਨੇ ਜੀ ਸਾਡਾ ਤਾਂ ਖਜ਼ਾਨਾ ਖਾਲੀ ਆ। ਜਿਹਨਾਂ ਨੂੰ ਪੁੱਛੇ ਵੀ ਕਿਹੜਾ ਬੰਦਾ ਪਬਲਿਕ 'ਚੋਂ ਖਜ਼ਾਨੇ 'ਚ ਮੁੱਠੀਆਂ ਭਰਨ ਗਿਆ ਸੀ, ਬਈ ਕਿਹੜਾ ਬੰਦਾ ਗਿਆ ਸੀ, ਮੈਨੂੰ ਦੱਸੋ ਤਾਂ ਸਹੀ ਨਾ, ਉਹ ਇੱਕ ਬੰਦਾ ਮੇਰੇ ਮੂਹਰੇ ਫੜ ਕੇ ਲੈ ਕੇ ਆਓ ਜਿਹਨੇ ਖਜ਼ਾਨਾ ਖਾਲੀ ਕਰਤਾ ਲੋਕਾਂ ਨੂੰ ਵੰਡ ਵੰਡ ਕੇ। ਤੁਸੀਂ ਵੰਡਣ ਵਾਲੇ, ਤੁਸੀਂ ਰੱਖਣ ਵਾਲੇ, ਤੁਸੀਂ ਸਾਂਭਣ ਵਾਲੇ, ਤੁਸੀਂ ਲੁਟਾਉਣ ਵਾਲੇ। ਦੇਖੋ ਜੇ ਇੱਕ ਆਮ ਆਦਮੀ ਘਰੇ ਚਾਹ ਪੀਂਦਾ ਨਾ, ਚਾਹ ਲਈ ਵਿੱਚ ਦੁੱਧ ਮਿੱਠਾ ਪੱਤੀ ਪੈਂਦਾ ਹੈ, ਤਾਂ ਦੇਖੋ ਉਸ ਇਨਸਾਨ ਨੇ ਮਿੱਠੇ 'ਤੇ ਵੀ ਟੈਕਸ ਦਿੱਤਾ ਹੋਊਗਾ। ਜਦੋਂ ਚੀਨੀ ਖਰੀਦੀ 40-42 ਰੁਪਏ ਕਿਲੋ ਖੰਡ ਹੈ ਜੀ, ਉਹਦੇ 'ਤੇ ਵੀ ਪੰਜਾਬ ਸਰਕਾਰ ਦਾ ਟੈਕਸ ਹੈ। 60 ਰੁਪਈਏ ਪਾਈ ਆ ਚਾਹ ਪੱਤੀ ਹੈ, 40 ਰੁਪਏ ਕਿਲੋ ਦੁੱਧ ਹੈ, ਕਿ ਉਹਦੇ 'ਤੇ ਟੈਕਸ ਨਹੀਂ? ਇਹ ਸਭ ਪੰਜਾਬ ਸਰਕਾਰ ਦਾ ਟੈਕਸ ਆ, ਇਹ ਸਾਨੂੰ ਟੈਕਸ ਦੇ ਨਾਂ 'ਤੇ, ਇਹ ਸਾਡਾ ਸਿਰ ਸਾਡੀ ਜੁੱਤੀਆਂ। ਇੱਕ ਵਾਰ ਕੀ ਹੋਇਆ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾ ਦਾਂ ਜੀ। ਇੱਕ ਵਾਰ ਇੱਕ ਰਾਜਾ ਸੀ, ਉਹਦੇ ਰਾਜੇ ਦੀ ਜਨਤਾ ਦੀ ਨਾ ਜ਼ਮੀਰ ਮਰ ਗਈ। ਉਹਨੇ ਸੋਚਿਆ ਵੀ ਯਾਰ ਜਨਤਾ ਦੀ ਜ਼ਮੀਰ ਜਗਾਈ ਤਾਂ ਜਗਾਈ ਕਿਵੇਂ ਜਾਵੇ। ਉਸ ਰਾਜੇ ਨੇ ਕੀ ਕਰਿਆ, ਇੱਕ ਕੁੜ 'ਤੇ ਟੈਕਸ ਲਗਾ ਦਿੱਤਾ ਜਾਵੇ, ਲਗਾ ਦਿੱਤਾ ਗਿਆ ਕਿ 1 ਰੁਪਈਆ ਦੇਣਾ ਅਤੇ 1 ਜੁੱਤੀ ਖਾਣੀ ਹੈ। ਅਤੇ ਲੋਕਾਂ ਨੇ ਕੀ ਕਰਿਆ ਜੀ, 1 ਰੁਪਈਆ ਦੇਣਾ ਸ਼ੁਰੂ ਕਰਤਾ ਅਤੇ ਪੁਲ ਪਾਰ ਕਰਨ ਲਈ 1 ਜੁੱਤੀ ਖਾਣੀ ਸ਼ੁਰੂ ਕਰਤੀ। ਥੋੜ੍ਹੇ ਸਮੇਂ ਬਾਅਦ ਲੋਕਾਂ 'ਤੇ ਕੋਈ ਅਸਰ ਨਾ ਹੋਇਆ ਪਬਲਿਕ 'ਤੇ, ਤਾਂ ਰਾਜੇ ਨੇ 2 ਜੁੱਤੀਆਂ ਅਤੇ 2 ਰੁਪਈਏ ਕਰਤੇ, ਅਤੇ ਫਿਰ ਵੀ ਕੋਈ ਅਸਰ ਨਾ ਹੋਇਆ। ਫਿਰ ਰਾਜੇ ਨੇ 3 ਜੁੱਤੀਆਂ 3 ਰੁਪਈਏ ਸ਼ੁਰੂ ਕਰਤੇ। ਜਦੋਂ ਇੰਨਾ ਉਹ ਹੋਇਆ ਤਾਂ ਜਨਤਾ ਰਾਜੇ ਕੋਲ ਪਹੁੰਚੀ। ਰਾਜੇ ਨੂੰ ਬੜੀ ਖੁਸ਼ੀ ਹੋਈ ਜਨਤਾ ਦੇਖ ਕੇ ਵੀ ਯਾਰ ਇਹਨਾਂ ਦੀ ਜ਼ਮੀਰ ਜਾਗ ਗਈ। ਪਰ ਜਦੋਂ ਜਨਤਾ ਦੇ ਵਿਚਾਰ ਸੁਣੇ, ਜਨਤਾ ਕਹਿੰਦੀ ਰਾਜਾ ਸਾਹਿਬ ਵੀ ਮੰਨ ਲਿਆ ਵੀ 3 ਰੁਪਈਏ ਵੀ ਠੀਕ ਨੇ, 3 ਜੁੱਤੀਆਂ ਵੀ ਠੀਕ ਨੇ, ਪਰ ਟਾਈਮ ਬਹੁਤ ਲੱਗਦਾ ਜੀ, ਜੁੱਤੀਆਂ ਮਾਰਨ ਵਾਲੇ ਬੰਦੇ ਹੋਰ ਰੱਖੋ, ਉਹ ਹਾਲ ਸਾਡਾ ਹੈ ਜੀ, ਅਸੀਂ ਵੀ ਤਾਂ ਐਵੇਂ ਹੀ ਕਰਦੇ ਹਾਂ। ਦੇਖੋ ਜੀ ਇਹ ਹਾਲ ਸਾਡਾ ਭਾਰਤ ਦਾ ਸਿਸਟਮ ਦਾ। ਦੇਖੋ ਜੀ ਅਸੀਂ ਵੀ ਚਾਹੁੰਦੇ, ਨਾਲੇ ਪੈਸੇ ਦੇ ਰਹੇ ਹਾਂ ਨਾਲੇ ਜੁੱਤੀਆਂ ਖਾ ਰਹੇ ਹਾਂ, ਕਿਉਂ ਬਈ? ਕਿਉਂਕਿ ਅਸੀਂ ਲੋਕ ਜਾਗੇ ਨਹੀਂ, ਸਾਨੂੰ ਜਗਾਉਣ ਦੀ ਲੋੜ ਹੈ। ਹੁਣ ਤੁਹਾਨੂੰ ਕਾਮਯਾਬ ਹੋਣ ਦੀ ਲੋੜ ਆ, ਹੁਣ ਤੁਸੀਂ ਸੌਣਾ ਨਹੀਂ ਤਾਂ ਸਿਸਟਮ ਖਰਾਬ ਹੋ ਜਾਣਾ ਏ। ਇਸ ਲਈ ਤੁਹਾਨੂੰ ਬੇਨਤੀ ਆ ਵੀ ਤੁਸੀਂ ਜਾਗੋ ਯਾਰ, ਕੁਛ ਕਰਕੇ ਦਿਖਾਓ, ਇਹਨਾਂ ਨੂੰ ਪੁੱਛੋ ਆ ਕੇ, ਕੋਈ ਸਿਸਟਮ ਨਹੀਂ ਇਹਨਾਂ ਤੋਂ ਬਣਿਆ, ਚਾਹੇ ਸਫਾਈ ਨੂੰ ਲੈ ਕੇ ਆ, ਚਾਹੇ ਸਾਡੀ ਟ੍ਰੈਫਿਕ ਨਿਯਮਸ ਨੂੰ ਲੈ ਕੇ ਆ, ਰੂਲਸ ਨੂੰ। ਦੇਖੋ ਲੋਕ ਕਹਿੰਦੇ ਨੇ ਕਿ ਅਸੀਂ ਨਿਯਮ ਤੋੜਦੇ ਹਾਂ, ਯਾਰ ਬੱਚਾ ਇੱਕ ਸਕੂਲ ਜਾਂਦਾ ਹੈ, ਜਦੋਂ ਬੱਚੇ ਨੂੰ ਸਕੂਲ 'ਚ ਜੇ ਟੀਚਰ ਕਹੇ ਵੀ ਉੜੇ ਤੋਂ ਬਾਅਦ ਈੜੀ ਆਉਂਦੀ, ਤਾਂ ਬੱਚਾ ਉਹ ਟੀਚਰ ਦੀ ਮੰਨਦਾ ਹੈ। ਕਿਉਂ? ਕਿਉਂਕਿ ਉਹਦਾ ਟੀਚਰ 'ਤੇ ਇੱਕ ਫੇਥ ਹੈ, ਇੱਕ ਵਿਸ਼ਵਾਸ ਹੈ ਵੀ ਉੜੇ ਤੋਂ ਬਾਅਦ ਈੜੀ ਆ ਸਕਦੀ ਆ। ਪਰ ਆਪਾਂ ਅਸਲ 'ਚ ਵਿੱਚ ਦੇਖਦੇ ਵੀ ਉੜੇ ਤੋਂ ਬਾਅਦ ਆੜਾ ਆਉਂਦਾ ਹੈ। ਉਸੇ ਤਰ੍ਹਾਂ ਟ੍ਰੈਫਿਕ ਨਿਯਮਸ ਨੂੰ ਅਸੀਂ ਤਾਂ ਤੋੜਦੇ ਹਾਂ ਜਦੋਂ ਇਹ ਸਾਨੂੰ ਕੁਛ ਕਹਿੰਦੇ ਨਹੀਂਗੇ। ਜੇ ਸਾਡੇ ਨਾਲ ਸਖਤੀ ਨਾਲ ਪੇਸ਼ ਆਉਣ, ਜਿੱਥੇ ਸਾਨੂੰ ਸਖਤੀ ਦੀ ਲੋੜ ਆ ਉੱਥੇ ਸਖਤੀ ਨਾਲ, ਜਿੱਥੇ ਸਾਨੂੰ ਪਿਆਰ ਦੀ ਲੋੜ ਆ ਪਿਆਰ, ਜਿੱਥੇ ਸਾਨੂੰ ਹਮਦਰਦੀ ਦੀ ਲੋੜ ਆ ਹਮਦਰਦੀ, ਜਿੱਥੇ ਸਾਨੂੰ ਇਹਦੇ ਚੰਗੇ ਸਿਸਟਮ ਦੀ ਲੋੜ ਆ ਚੰਗੇ ਸਿਸਟਮ ਨਾਲ ਪੇਸ਼ ਆਉਂਦੇ, ਤਾਂ ਸਾਨੂੰ ਸ਼ਾਇਦ ਇਹ ਸਟੈਪ ਚੱਕਣੇ ਨਾ ਪੈਣ। ਜਿਵੇਂ ਆਪਾਂ ਛੋਟੇ ਪੱਧਰ ਦੀ ਗੱਲ ਕਰ ਲਈਏ, ਚਾਹੇ ਪੰਚ ਇੱਕ ਸਰਪੰਚ ਜਾਂ ਤੋਂ ਉੱਪਰ ਇੱਕ ਬਲਾਕ ਸਮਿਤੀ ਦੀਆਂ ਲੋਕਾਂ ਨੇ ਨਾ ਜੀ,
ਤੁਸੀਂ ਇਹਨਾਂ ਲੋਕਾਂ ਦੇ ਘਰ ਦੇਖ ਲਓ ਜਾ ਕੇ, ਇਹਨਾਂ ਦੀਆਂ ਗੱਡੀਆਂ ਦੇਖੋ, ਇਹਨਾਂ ਲੋਕਾਂ ਦੀ ਐਸ਼ ਪਸਤੀ ਦੀ ਜ਼ਿੰਦਗੀ ਦੇਖੋ, ਇਹੋ ਜਿਹਾ ਤੁਹਾਡੇ ਨਾਲ ਕੁਛ ਨਹੀਂ ਹੋਊਗਾ। ਤਾਂ ਇਹਨਾਂ ਨੂੰ ਪਤਾ ਲੱਗ ਗਿਆ ਹੈ ਨਾ ਕਿ ਯਾਰ ਵੀ ਇਹ ਤਾਂ ਰਾਜੇ ਵਾਲਾ ਸਿਸਟਮ ਕਰ ਰਹੇ ਨੇ ਇਹ, ਵੀ ਪਹਿਲਾਂ ਅਸੀਂ ਫਿਰ ਸਾਡੇ ਬੱਚੇ ਫਿਰ ਸਾਡੇ ਬੱਚੇ। ਅਤੇ ਲਾਸਟ ਵਿੱਚ ਮੈਂ ਪੰਜਾਬ 24 ਆਵਰਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨਾਲ ਮੈਂ ਦਿਲ ਦੀਆਂ ਗੱਲਾਂ ਕਰੀਆਂ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਮੇਰੇ ਲਈ ਕੱਢਿਆ ਜੀ ਆਪਣਾ, ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਬਹੁਤ ਸਾਰੀਆਂ ਬਲੈਸਿੰਗਸ ਮੇਰੇ ਵੱਲੋਂ ਤੁਹਾਨੂੰ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚਾਹੀਦੀ।